ਇਹਨੇ ਬੱਚੇ ਨੇ ਮੇਰੇ ਬੱਚਿਆਂ ਦਾ ਵੀ ਬਹੁਤ ਬੁਰਾ ਹਾਲ ਆ, ਪਰਿਵਾਰ ਦਾ ਸਾਰਿਆਂ ਦਾ ਬੁਰਾ ਹਾਲ ਆ, ਕੋਈ ਪਤਾ ਨਹੀਂ ਲੱਗ ਰਿਹਾ ਉਹਦਾ ਇਸ ਟਾਈਮ ਤੱਕ ਜੀਂਦੀ ਆ ਜਾਂ ਕੀ ਆ, ਕਿਸ ਸਾਲ 'ਚ ਆ ਕੋਈ ਪਤਾ ਨਹੀਂ ਲੱਗ ਰਿਹਾ ਉਹਦਾ। ਮੇਰੀ ਮਾਂ ਉੱਧਰ ਗਈ ਸੀ ਮੇਰੇ ਮਾਮੇ ਦੇ, ਅਤੇ ਉਹਦਾ ਅੱਜ 2 ਮਹੀਨੇ ਤੋਂ ਕੋਈ ਪਤਾ ਨਹੀਂ। ਸਰਕਾਰ ਦੀ ਸਰਕਾਰ ਤੋਂ ਆਹੀ ਭੀੜ ਹੈ ਮੇਰੀ ਕਿ ਜਲਦ ਤੋਂ ਜਲਦ ਸਾਨੂੰ ਉਹ ਲੱਭ ਕੇ ਦੇਵੇ। ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਜਿੰਨੇ ਵੀ ਸੱਜਣ ਵੀਰ ਭੈਣ ਭਰਾ ਹੈਗੇ ਜਿਸ ਨੂੰ ਵੀ ਇਸ ਬਾਰੇ ਕੁਛ ਵੀ ਪਤਾ ਆ ਉਹ ਮੈਨੂੰ ਜ਼ਰੂਰ ਇਤਲਾਹ ਕਰਨ ਜੀ। ਮੇਰਾ ਨਾਮ ਲਤੀਫ ਹੈ ਜੀ, ਅਤੇ ਮੈਂ ਪਿੰਡ ਪੋਸੀ ਦਾ ਰਹਿਣ ਵਾਲਾ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ। ਮੇਰੀ ਵਾਈਫ ਜਿਹਦਾ ਨਾਮ ਮਿਸਰਾ ਆ, ਉਹ ਆਪਣੇ ਪੇਕੇ ਗਈ ਸੀ 22 ਮਾਰਚ ਨੂੰ ਆਪਣੇ ਚਾਚੇ ਅਤੇ ਆਪਣੀ ਭੈਣ ਦੇ ਨਾਲ, ਮੁੜ ਕੇ ਉਹ 27 ਮਾਰਚ ਨੂੰ ਵਾਪਸ ਆ ਰਹੀ ਸੀਗੀ। ਬੱਸ ਬੱਸ ਅੱਡੇ ਜੰਮੂ ਪਹੁੰਚ ਗਏ, ਉਹਨੇ ਫੋਨ ਕੀਤਾ 3:15 'ਤੇ ਕਿ ਮੈਂ ਜੰਮੂ ਪਹੁੰਚ ਗਈ ਹਾਂ, ਇਸ ਤੋਂ ਅੱਗੇ ਬੱਸ ਲੈਣੀ ਹੈ ਅਤੇ ਮੈਨੂੰ ਬੱਸ ਅੱਡੇ ਤੋਂ ਆ ਕੇ ਲੈ ਜਾਈ। ਉਸ ਤੋਂ ਬਾਅਦ ਨਾ ਤਾਂ ਉਸਦਾ ਕੋਈ ਫੋਨ ਆਇਆ, ਨਾ ਉਸਦਾ ਕੋਈ ਪਤਾ। ਅੱਜ ਪੂਰੇ 2 ਮਹੀਨੇ ਹੋ ਚੱਲੇ ਨੇ, ਉਹਦੀ ਕੋਈ ਖਬਰ ਨਹੀਂ ਆ ਰਹੀ। ਉਹ ਆਪਣੇ ਪੇਕੇ ਜ਼ਿਲ੍ਹਾ ਕਿਸ਼ਤਵਾੜ, ਪਿੰਡ ਕੇਵਾ, ਤਹਿਸੀਲ ਠਾਠਰੀ, ਉੱਥੇ ਗਏ ਸੀਗੇ ਆਪਣੇ ਮਾਂ ਬਾਪ ਦੇ ਕੋਲ ਮਿਲਣ ਗਏ। ਉਸ ਤੋਂ ਬਾਅਦ ਅੱਜ ਦੇ ਦਿਨ ਤੱਕ ਉਹਦਾ ਕੋਈ ਪਤਾ ਨਹੀਂ ਹੈਗਾ, ਕਿੱਥੇ ਆ, ਕੀ ਹਿਸਾਬ ਆ, ਕੀ ਨਹੀਂ, ਕੁਛ ਪਤਾ ਨਹੀਂ ਲੱਗ ਰਿਹਾ ਉਹਦਾ, ਨਾ ਹੀ ਉਹ ਵਾਪਸ ਆਈ ਹੈ ਇਸ ਟਾਈਮ ਤੱਕ। 3 ਬੱਚੇ ਨੇ ਮੇਰੇ, ਬੱਚਿਆਂ ਦਾ ਵੀ ਬਹੁਤ ਬੁਰਾ ਹਾਲ ਆ, ਪਰਿਵਾਰ ਦਾ ਸਾਰਿਆਂ ਦਾ ਬੁਰਾ ਹਾਲ ਆ ਜੀ। ਕੋਈ ਪਤਾ ਨਹੀਂ ਲੱਗ ਰਿਹਾ ਉਹਦਾ ਇਸ ਟਾਈਮ ਤੱਕ ਜੀਂਦੀ ਆ ਜਾਂ ਕੀ ਆ, ਕਿਸ ਸਾਲ 'ਚ ਆ, ਕੋਈ ਪਤਾ ਨਹੀਂ ਲੱਗ ਰਿਹਾ ਉਹਦਾ। ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਜਿੰਨੇ ਵੀ ਸੱਜਣ ਵੀਰ ਭੈਣ ਭਰਾ ਹੈਗੇ ਜਿਸ ਨੂੰ ਵੀ ਇਸ ਬਾਰੇ ਕੁਛ ਵੀ ਪਤਾ ਆ ਉਹ ਮੈਨੂੰ ਜ਼ਰੂਰ ਇਤਲਾਹ ਕਰਨ ਜੀ। ਮੇਰਾ ਮੋਬਾਇਲ ਨੰਬਰ ਆ 82-899-65-186, ਦੂਆ ਨੰਬਰ ਆ 98-786-23-528। ਅਸੀਂ ਜੀ ਜੰਮੂ ਵੀ ਕੰਪਲੇਂਟ ਕੀਤੀ ਆ, ਸੈਲੇ ਵੀ ਕੀਤੀ, ਗੜ੍ਹ ਸ਼ੰਕਰ ਵੀ ਕੀਤੀ ਹੈ, ਅਸੀਂ ਹਰ ਜਗ੍ਹਾ ਕੰਪਲੇਂਟ ਕੀਤੀ ਹੈ ਕਿ ਉਹਦਾ ਕੁਛ ਨਾ ਕੁਛ ਭਾਲ ਕੀਤੀ ਹੈ ਸਰਕਾਰ ਕੋਲੋਂ। ਅਸੀਂ ਇਹੀ ਮੰਗ ਕਰਦੇ ਹਾਂ ਪੰਜਾਬ ਤੋਂ ਵੀ ਅਤੇ J&K ਸਰਕਾਰ ਤੋਂ ਵੀ ਕਿ ਉਹਦੀ ਬੋਲਣ ਦੇ ਵਿੱਚ ਕੋਸ਼ਿਸ਼ ਕੀਤੀ ਜਾਵੇ, ਵੱਧ ਤੋਂ ਵੱਧ ਸਾਡਾ ਸਹਿਯੋਗ ਕੀਤਾ ਜਾਵੇ, ਪੰਜਾਬ ਸਰਕਾਰ ਨੂੰ ਵੀ ਅਤੇ J&K ਸਰਕਾਰ ਨੂੰ ਵੀ ਸਾਡੀ ਹੈਲਪ ਕੀਤੀ ਜਾਵੇ। ਅਤੇ ਇਹੀ ਕਿਹੜਾ ਚਾਹੂੰਗਾ ਮੈਂ ਕਿ ਉਹਨੂੰ ਜਲਦ ਤੋਂ ਜਲਦ ਘਰ ਵਾਪਸ, ਜਾਂ ਉਹ ਮੇਰੀ ਆਵਾਜ਼ ਸੁਣਦੀ ਹੋਵੇ, ਘਰ ਜਲਦ ਤੋਂ ਜਲਦ ਘਰ ਵਾਪਸ ਆਪਣੇ ਬੱਚਿਆਂ ਦੇ ਵਿੱਚ ਆਵੇ। ਮੇਰਾ ਨਾਮ ਮੁਹੰਮਦ ਆਸਿਫ ਆ, ਮੈਂ ਆਹੀ ਕਹਿਣਾ ਚਾਹੁੰਦਾ ਹਾਂ। ਮੇਰੀ ਮਾਂ ਉੱਧਰ ਗਈ ਸੀ ਮੇਰੇ ਮਾਮੇ ਦੇ, ਅਤੇ ਉਹਦਾ ਅੱਜ 2 ਮਹੀਨੇ ਤੋਂ ਕੋਈ ਪਤਾ ਨਹੀਂ। ਸਰਕਾਰ ਦੀ ਸਰਕਾਰ ਤੋਂ ਆਹੀ ਭੀੜ ਹੈ ਮੇਰੀ ਕਿ ਜਲਦ ਤੋਂ ਜਲਦ ਸਾਨੂੰ ਉਹ ਲੱਭ ਕੇ ਦੇਵੇਗਾ। ਅੱਛਾ ਜੀ, ਮੇਰਾ ਨਾਂ ਸ਼ੇਰ ਅਲੀ, ਮੈਂ ਪਿੰਡ ਬਰਿਆਣੇ ਤੋਂ, ਇਹ ਮੇਰਾ ਹੈਗਾ ਭਤੀਜਾ ਜੀ। ਅਤੇ ਇਹਨੂੰ ਕੁੜੀ ਨੂੰ ਗਈ ਹੋਈ 1 ਮਾਰਚ ਦੀ ਪਹਿਲੀ ਜਾਣੀ ਕਿ 22 ਤਰੀਕ ਦੀ, ਅਤੇ ਅੱਜ ਦੇ ਦਿਨ ਤੱਕ ਕੋਈ ਖਬਰ ਨਹੀਂ, ਕੋਈ ਅਤਾ ਪਤਾ ਨਹੀਂ। ਜਾਣੀ ਕਿ ਸਰਕਾਰ ਨੇ ਵੱਧ ਤੋਂ ਵੱਧ ਇਹ ਜਿਹੜੇ 3 ਨਿਆਣੇ ਆ ਇਹ ਬਹੁਤ ਪਰੇਸ਼ਾਨ ਹੈ, ਬਾਕੀ ਲਤੀਫ ਇਹ ਵੀ ਬਹੁਤ ਪਰੇਸ਼ਾਨ ਹੈ, ਆਪਣੇ ਬੱਚਿਆਂ ਤੋਂ ਦੁਖੀ ਹੈ, ਕੋਈ ਅਤਾ ਪਤਾ ਜਾਣੀ ਕਿ ਸਰਕਾਰ ਵਾਲੇ ਪਾਸੇ ਕੁਝ ਨਹੀਂ। ਕੰਪਲੇਂਟ ਵੀ ਕੀਤੀ ਹੈ ਦੋਵੇਂ ਸੰਗੀ, ਜਾਣੀ ਕਿ ਕੋਈ ਵੀ ਸਾਡੀ ਸੁਣਾਈ ਨਹੀਂ ਹੋਈ। ਮੰਗ ਇਹ ਕਰਦੇ ਹਾਂ ਸਰਕਾਰ ਵੱਧ ਤੋਂ ਵੱਧ ਮਦਦ ਕਰੇ ਇਸ ਬੰਦੇ ਦੀ।